ਆਕਾਸ਼ਵਾਣੀ ਜੰਮੂ ਹੈ ਬੜਲ ਖਬਰਾਂ ਚ ਤੁਹਾਂ ਦਾ ਸਵਾਗਤ ਪਹਿਲੇ ਖਾਸ ਖਾਸ ਖਬਰਾਂ ਕਰਨੇ ਮੈਂ ਵਿਜੇ ਪਟਾਚ ਰੱਖਿਆ ਮੰਤਰੀ ਰਾਜਨਾਥ ਸਿੰਘ ਉਰੇ ਸ਼ੰਖਾਈ ਸਹਿਯੋਗ ਸੰਗਠਨ ਦੇ ਸਦਸ્ય ਮੁਲਕਾਂ ਦੀ ਆਗਿਆ ਜਿਓ ਆਤੰਕਵਾਦ ਦੇ ਖਾਤਮੇ ਲਈ ਕਿੱਥੇ ਰਲ ਕੇ ਕੰਮ ਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਮਨ ਕੀ ਬਾਤ ਕਾਰਕ੍ਰਮ ਦੀ 100ਵੀਂ ਕੜੀ ਦਾ ਪ੍ਰਸਾਰਣ ਕੱਲ੍ਹ ਦਿਨੇ 11 ਵਜੇ ਕੀਤਾ ਜਾਗ ਸੈਲਫਾ ਮੇਕ ਮੇਪਾਸਿਆ ਮਸ਼ਹੂਰ ਸੈਲਾਨੀ ਥਰ ਸਨਸਰਚ ਇੱਕ ਤਿਹਾਡੇ ਦੇ ਸਾਂਸਕ੍ਰਿਤਿਕ ਕਾਰਕ੍ਰਮ ਸਨਸਰ ਟਿਊਲਿਪ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਤੇ ਡੀਜੀਪੀ ਦਿਲਪਖ ਸਿੰਘ ਉਰੀਆਂ ਖਿਆ ਜੇ ਪੁੰਚ ਚੋਏ ਦੇ ਅਮਲੇਗੀ ਅਤਨਕਵਾਦੀਏ ਮਕਾਮੀ ਸਤਾ ਪਰਥੋਏ ਦੇ ਸਹਿਯੋਗ ਕਰਕੇ ਅੰਜਾਮ ਦਿੱਤਾ ਖਾ ਪੁਲਸਾ ਤਰੇ ওভারਗਰਾਉਂਡ ਵਰਕਰ ਰੇ ਸਨੇ 6 ਜਨੇ ਕੀ ਇਰਾਸਤ ਚਲਾਤਾ ਖਬਰਾਂ ਦੀ ਤਫਸੀਲ ਕਰਨਾ ਪੂਜਾ ਵਜ਼ੀਰ ਰੱਖਿਆ ਮੰਤਰੀ ਰਾਜਨਾਥ ਸਿੰਘੋਰੇ ਸ਼ੰਗਾਈ ਸਾਂਝ ਸਹਿਯੋਗ ਸੰਗਠਨ ਦੇ ਮੈਂਬਰ ਮੁਲਕਾਂ ਅੱਗੇ ਆਵਾਜ਼ ਕੀਤਾ ਹੈ ਜੇ ਉਹ ਅੰਤਰਗਵਾਦ ਕੀ ਖਤਮ ਕਰਨ ਲਈ ਕਿੱਥੇ ਰਲিয়ে ਕੰਮ ਕਰਨ ਤੇ ਆਤੰਕੀ ਗਤੀਵਿਧੀਆਂ ਲਈ ਮਦਦ ਜਾਂ ਫੰਡਸ ਮੁਹੱਈਆ ਕਰਵਾਉਣ ਵਾਲੇ ਪ੍ਰਤੀ ਜ਼ਿੰਮੇਵਾਰੀ ਤੈਅ ਕਰਨ ਨਵੀਂ ਦਿੱਲੀ 'ਚ ਕੱਲ ਐਸਈਓ ਦੇ ਮੈਂਬਰ ਮੁਲਕਾਂ ਦੇ ਰੱਖਿਆ ਮੰਤਰੀਆਂ ਕੀ ਸੰਬੋਧਿਤ ਕਰਦੀ ਹੋਈ ਰਾਜਨਾਥ ਸਿੰਘੋਰੇ ਨੇ ਆਖਿਆ ਜੇ ਆਤੰਕਵਾਦੀ ਕਾਰਵਾਈਆਂ ਕਰਨਾ ਜਾਂ ਆਤਕਵਾਦੀ ਕਾਰਵਾਈਆਂ ਦਾ ਸਮਰਥਨ ਕਰਨਾ ਮਨੁੱਖਤਾ ਖਿਲਾਫ ਇੱਕ ਅਪਰਾਧ ਹੈ ਤੇ ਸ਼ਾਂਤੀ ਤੇ ਆਤੰਕਵਾਦ ਕਿੱਥੇ ਨਹੀਂ ਰਹਿ ਸਕਦੇ। ਉਹਨੇ ਨੌਜਵਾਨੇ ਦੇ ਕੱਟੜਵਾਦੀ ਹੋਣੇ ਪਰ ਚਿੰਤਾ ਜ਼ਾਹਰ ਕਰਦੇ ਹੋਈ ਇਸ ਦੀ ਇੱਕ ਮੁੱਖ ਸੁਰੱਖਿਆ ਚੁਣੌਤੀ ਕਰਾਰ ਦਿੰਦੇ ਹੋਏ ਆਖਿਆ ਹੈ ਜੇ ਇਹ ਸਮਾਜ ਦੀ ਆਰਥਿਕ ਪ੍ਰਗਤੀ ਦੇ ਰਸਤੇ 'ਚ ਇੱਕ ਰੋੜਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਇਸ ਮਿਨੇਦੀ 33 ਕੀ ਐਤਵਾਰੇ ਆਕਾਸ਼ਵਾਨੀ ਰਾਏ ਦੇਸ਼ ਵਿਦੇਸ਼ ਤੇ ਲੁਕਿੰਗ ਕਰਨੇ ਮਨ ਕੀ ਬਾਤ ਆਪਣੇ ਵਿਚਾਰ ਸਾਂਝਾ ਕਰਗਨ। ਇਹ ਇਸ ਕਾਰਕ੍ਰਮ ਦੀ ਸੋਮੀ ਕੜੀ ਯੋਗ ਆਕਾਸ਼ਵਾਣੀ ਇਸ ਕਾਰਕ੍ਰਮ ਦੀ ਐਤਵਾਰੇ ਬੜਲੇ 11 ਵਜੇ ਪ੍ਰਸਾਰਿਤ ਕਰੋਗ ਇੱਕ ਪ੍ਰੋਗਰਾਮ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਸਾਰੇ ਨੈਟਵਰਕ ਪਰ ਪ੍ਰਸਾਰਿਤ ਕੀਤਾ ਜਾਗ ਇਹਦੇ ਇਲਾਵਾ ਇਸ ਪ੍ਰੋਗਰਾਮ ਦੀ ਆਕਾਸ਼ਵਾਣੀ ਦੀ ਵੈਬਸਾਈਟ ਤੇ ਨਿਊਜ਼ ਔਨ AIR ਦੀ ਮੋਬਾਈਲ ਐਪ ਪਰ ਵੀ ਪ੍ਰਸਾਰਿਤ ਕੀਤਾ ਜਾਗ ਇਸ ਕੀ ਆਕਾਸ਼ਵਾਣੀ ਦੂਰਦਰਸ਼ਨ ਪ੍ਰਧਾਨ ਮੰਤਰੀ ਉੰਦੇ ਦਫਤਰ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲੇ ਰਾਹੀਂ ਵੀ ਪ੍ਰਸਾਰਿਤ ਕੀਤਾ ਜਾਗ ਇਸ ਕਾਰਜਕ੍ਰਮ ਦੇ ਹਿੰਦੀ ਪ੍ਰਸਾਰਣ ਮਗਰਾ ਇਸ ਪ੍ਰੋਗਰਾਮ ਦਾ ਖੇਤਰੀ ਭਾਸ਼ਾਈਂ ਚ ਪ੍ਰਸਾਰਣ ਕੀਤਾ ਜਾਂਦਾ ਹੈ। ਇਹ ਕਾਰਜਕ੍ਰਮ 3 ਅਕਤੂਬਰ 2014 ਕੀ ਸ਼ੁਰੂ ਆਹਾ ਉਹਦੇ ਮਗਰਾ ਪ੍ਰਧਾਨ ਮੰਤਰੀ ਹੋਰ ਦੇਸ਼ ਵਾਸੀਆਂ ਕੰਨੇ ਬਖਬਖ ਰਾਸ਼ਟ੍ਰ ਇਤ ਕੰਨੇ ਜੁੜੇ ਦੇ ਮਾਮਲੇ ਤੇ ਬਖਬਖ ਵਿਸ਼ੇ ਪਰ ਆਪਣੇ ਵਿਚਾਰ ਸਾਂਝਾ ਕਰਦੇ ਹੈ। ਕੇਂਦਰੀ ਸੰਸਕ੍ਰਿਤੀ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਮਨ ਦੀ ਬਾਤ ਕਾਰਜਕ੍ਰਮ ਚ ਜਿਹੜੇ ਵਿਸ਼ੇ ਤੇ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਉਹਦੇ ਪਰ ਆਧਾਰਿਤ 12ਵੀਂ ਇਸੇ ਵਾਲੀ ਕਾਮਿਕ ਕਿਤਾਬ ਦੀ ਸ਼੍ਰੇਣਕਲਾ ਜਾਰੀ ਕਰਨੇ ਦਾ ਫੈਸਲਾ ਲੈਂਦਾ ਹੈ ਇਸ ਵਿਸ਼ੇਸ਼ ਪ੍ਰੋਜੈਕਟ ਅਮੀਰ ਚਿੱਤਰ ਕਥਾ ਪਾਸ਼ਾ ਲਾਗੂ ਕੀਤਾ ਜਾਗ ਤੇ ਇਸ ਸ਼੍ਰੇਣਕਲਾ ਦੀ ਪਹਿਲੇ ਅੰਗਰੇਜ਼ੀ ਭਾਸ਼ਾ ਚ ਜਾਰੀ ਕੀਤਾ ਜਾਗ ਜਿਹਦੇ ਪ੍ਰਾਂਤ ਬਾਰੇ ਭਾਰਤੀ ਭਾਸ਼ਾ ਇਚ ਇਹਦਾ ਅਨੁਵਾਦ ਵੀ ਜਾਰੀ ਕੀਤਾ ਜਾਗ संस्कृति मंत्रालय ने कल एतबारें त्री अप्रैल की मन की बात कार्यक्रम के सौ एपिसोड पूरे फैसला लैता है कामिक कताब आ श्रृंखला के अलावा संस्कृति मंत्रालय अजे भारतीय पुरातत्व सर्वेक्षण पासिया संरक्षित तेरह ऐतिहासिक थारें पर प्रोजेक्शन मैपिंग आो आयोजित करवाए जान इन्हें थरें च दिल्ली का एतिहासिक लाल किला भारत के अजे तोड़ सभ प्रधानमंत्री संबंधी अजायब घर भी शामिल हैं ਇਸ ਬਾਰੇ ਨਵੀਂ ਦਿੱਲੀ ਚ ਮੀਡੀਆ ਕੀ ਜਾਣਕਾਰੀ ਦਿੰਦੇ ਹੋਏ ਸੰਸਕ੍ਰਿਤੀ ਮੰਤਰਾਲੇ ਦੇ ਸਚੀਵ ਗੋਵਿੰਦ ਮੋਹਨੋਰੇ ਦੱਸਿਆ ਹੈ ਜੇ ਇਹ ਪਹਿਲ ਕਦਮੀਆਂ ਮਨ ਕੀ ਬਾਤ ਦੇ ਇਸ ਅਨੋਖੇ ਮੰਚ ਤੇ ਇਹਦੇ ਚ ਜ਼ਿਕਰ ਦੀ ਉਪਲਬਧੀ ਹਾਸਲ ਕਰਨ ਵਾਲੇ ਲੋਕਾਂ ਲਈ ਮਤੀ ਖਾਸੂਗਨ ਉਹਨੇ ਜ਼ੋਰ ਦੇਈ ਆਖਿਆ ਹੈ ਜੇ ਇਹ ਪਹਿਲ ਕਦਮੀਆਂ ਲੋਕਪ੍ਰੀਅ ਮਾਧਿਅਮੇ ਰਾਏ ਲੋਕਾਂ ਕੰਨੇ ਜੁੜਨੇ ਦਾ ਵੀ ਇੱਕ ਅਹਿਮ ਮੌਕਾ ਹੈ ਆਕਾਸ਼ਵਾਨੀ ਆਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਮਨ ਕੀ ਬਾਤ ਕਾਰਜਕ੍ਰਮ ਉਪਰ ਇੱਕ ਵਿਸ਼ੇਸ਼ ਸ਼੍ਰंखला ਸ਼ੁਰੂ ਕੀਤੀ ਗਈ ਦੀ ਹੈ ਜਿਹੜੀ ਪ੍ਰਧਾਨ ਮੰਤਰੀ ਹੁੰਦੇ ਮਨ ਕੀ ਬਾਤ ਕਾਰਜਕ੍ਰਮ ਦੇ ਇਸ ਮਹੀਨੇ 100 ਐਪੀਸੋਡ ਪੂਰੇ ਹੋਣ ਦੇ ਸਰਬੰਦੇ ਚ ਚਲਾਈ ਜਾ ਰਹੀ ਹੈ ਇਸ਼ਰਾਂਖਲਾਤ ਇਸ ਬਾਰੀ ਆਉ ਸੁਨਚੇ ਪ੍ਰਧਾਨ ਮੰਤਰੀ ਉੰਦੇ ਆਸਿਆ ਮੰਨ ਕੀ ਬਾਦ ਦੀ ਉਸ ਕੜੀ ਦਾ ਇੱਕ ਲੋਕਾਜਨੇ ਅੰਸ਼ ਜਿਹਦੇ ਚ ਉਹਨੇ ਨਮਾਮੀ ਗੰਗੇ ਅਭਿਆਨ ਬਾਰੇ ਗੱਲ ਕੀਤੀ ਹੀ ਨਮਾਮੀ ਗੰਗੇ ਯੋਜਨਾ ਕੇਂਦਰ ਸਰਕਾਰ ਆਸਿਆ ਜੂਨ 2014 ਚ ਸ਼ੁਰੂ ਕੀਤੀ ਗਈ ਦੀ ਜਿਹਦੇ ਲਈ 20000 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਰੱਖਿਆ ਗਿਆ ਹਾ ए योजना राष्ट्रीय नदी गंगा गी प्रदूषण थमा मुक्त करने ओ दे संरक्षण ते रखरखाव ले शुरू कीती गई दी प्रधानमंत्री औरे 25 दिसंबर 2022 की प्रसारित ओएदे मन की बात प्रोग्राम च नमामि गंगे योजना बारे आख्या हा कल कल बहती मां गंगा को स्वच्छ रखना हम सब की बहुत बड़ी जिम्मेदारी है इसी उद्देश्य के साथ 8 साल पहले हमने नमामि गंगे अभियान की शुरुआत की थी हम सभी के लिए गौरव की बात है कि भारत की इस पहल को आज दुनिया भर की सराहना मिल रही है यूनाइटेड नेशंस ने नमामि गंगे मिशन को इकोसिस्टम को रिस्टोर करने वाली दुनिया के टॉप टेन इनिशिएटिव में शामिल किया है ये और भी खुशी की बात है कि पूरे विश्व के 160 ऐसे इनिशिएटिव्स में नमावी गंगे को यह सम्मान मिला है जम्मू पर्यटन विभाग तरफा कल सन्नासर्च एक तिहाड़े दे सन्नासट्यूली फेस्टिवल दा आयोजन कीता गया इस कार्यक्रम च कई कलाकारें जियां संग्राम आंजरा चमन लैरी औरे शिरकत करीये लोके दा मनोरंजन कीता ਧਿਆਨ ਜੂਗ ਹੈ ਜੇ ਇਸ ਟਿਊਲਿਪ ਗਾਰਡਨ ਦਾ ਉਦਘਾਟਨ ਉਪਚਾਰਿਕ ਤੌਰਾ ਉਪਰ ਉਪਰਾਜੇਪਾਲ ਮਨੋਚ सिन्हा ओर 8 ਅਪ੍ਰੈਲ 2013 ਗੀ ਕਰੀ ਚੁਕੇ ਦਿਨ ਜਿਸੇ ਪਹਿਲੇ ਗਏ ਲੋਕਾਂ ਵਾਸਤੇ ਖੋਲਿ ਦਿੱਤਾ ਜਾਇ ਚੁਕੇ ਦਾ ਹੈ ਤਕਰੀਬਨ 2,75,000 ਟਿਊਲੀ ਫੁੱਲੇ ਦਾ ਇਹ ਬਾਗ ਮਕਾਮੀ ਲੋਕੇ ਤੇ ਪਰਿਵਟਕੇ ਦੀ ਪਸੰਦ ਬਨਾਰਦਾ ਹੈ ਰਾਮਬਨ ਉਪਾਇੁਕਤ ਮੁਸਰਰਤ ਇਸਲਾਮੋ ਰੇ ਸਨਸਰ ਟਿਊਲਿਪ ਫੈਸਟੀਵਲ ਆਯੋਜਿਤ ਕਰਨੇ ਤਾਈ ਪਰੀਟਨ ਵਿਭਾਗ ਕੀ ਮੁਬਾਰਕਬਾਦ ਦਿਤਤੀ ਹੈ ਉਨੇ ਆਖਿਆ ਹੈ ਜੇ ਖੇਤਰ ਚ ਪਰਿਵਟਨ ਕੀ ਬੜਾਵਾ ਦੇਣੇ ਵਾਸਤੇ ਪ੍ਰਸ਼ਾਸਨ ਐਸੀ ਕੋਸ਼ਿਸ਼ਾਂ ਜਾਰੀ ਰੱਖ जम्मू ते ग्रामीण खेतरे च पर्यटन की बढ़ावा देने ताई पर्यटन विभाग पहली बार सिंथन किश्तवाड़ दो ध्याड़े दा सिंथन फैसटिवल दो हज़ार त्रेई आयोजित करा दा। ਇਸ ਕਾਰਜਕ੍ਰਮ ਦੇ ਚਲਦੇ ਕੱਲ ਜੰਮੂ ਥਾਵਾਂ ਕਿਸ਼ਤਵਾਰ ਤੋੜੀ ਇੱਕ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਭਾਰਤ ਮਾਤਾ ਕੀ ਜੈ ਦੇ ਨਾਰੇ ਲਾਂਦੀ ਹੋਈ 3 ਮੋਟਰਸਾਈਕਲ ਸਵਾਰੇ ਦੇ ਦਲ ਕੀ ਪੈਰਿਆਟਨ ਵਿਭਾਗ ਦੀ ਉਪ ਨਿਦੇਸ਼ਿਕਾਵਰੇ ਚੰਡੀ ਦਸੀਏ ਰਵਾਨਾ ਕੀਤਾ ਲੋਕੇ ਇਸ ਕਾਰਜਕ੍ਰਮ ਦੇ ਆਯੋਜਨ ਆਸਤੇ ਪੈਰਿਆਟਨ ਵਿਭਾਗ ਦਾ ਧੰਨਵਾਦ ਕੀਤਾ ਹੈ ਮੋਟਰਸਾਈਕਲ ਸਵਾਰੇ ਦੇ ਦਲ ਨੇ ਕਿਸ਼ਤਵਾਰ ਪ੍ਰਸ਼ਾਸਨ ਦੀ ਇਸ ਚਾਲੀ ਦੀਏ ਸਾਸੀ ਖੇਡੇ ਦੀਆਂ ਗਤੀਵਿਧੀਆਂ ਆਯੋਜਿਤ ਕਰਾਉਣੇ ਆਸਤੇ ਸਰਹਾਨਾ ਕੀਤੀ ਹੈ ਜਿਹਦੇ ਕਨੇ ਨਵੀਂ ਥਾਰਾਂ ਵੀ ਪੈਰਿਆਟਨ ਦੇ ਨਕਸ਼ੇ ਪਰ ਜਗਾ ਬਣਾੰਗਣ ਇਹ ਖਬਰਾਂ ਤੁਸ ਆਕਾਸ਼ਵਾਨੀ ਜੰਮੂ-ਕਸ਼ਵਾ ਸੁਨਾਰਦੇ ਹੋ ਬਾਕੀ ਦੀਆਂ ਖਬਰੇ ਕਰਨੇ ਵਿਜੇ ਬਜਾਜ ਜੰਮੂ-ਕਸ਼ਮੀਰ ਪੁਲਸਾ ਦੇ ਡਾਇਰੈਕਟਰ ਜੰਦਲ ਦਿਲਬਖ ਸਿੰਘ ਗੋਰੀਆ ਆਖਿਆ ਜੇ ਪੁਂਚ ਜ਼ਿਲ੍ਹੇ ਦੇ ਪਾਟਾ ਤੂਰੀਆਂ ਇਲਾਕੇ 'ਚ ਜੰਦੀ 21 ਅਪ੍ਰੈਲ ਗਿਓ ਇਹਦੇ ਅਤੰਕਵਾਦੀ ਅਮਲੇਗੀ ਸક્રિય ਮਕਾਮੀ ਸਜੋ ਕੰਨਿਆਂ ਜਾਂਮ ਦਿੱਤਾ ਗਿਆ ਹ ਤੇ ਅਤੰਕਵਾਦੀ ਇਹ ਇਸ ਅਮਲੇ ਦਰਾਂ ਫੌਜੀ ਗੱਡੀ ਕੀ ਨਿਸ਼ਾਨਾ ਬਣਾਉਣੇ ਆਸਤੇ ਫੌਲਾਦ ਦੀਆਂ ਗੋਲੀਆਂ ਤੇ ਆਈਈਡੀ ਦਾ ਇਸਤੇਮਾਲ ਕੀਤਾ ਹ ਇਸ ਅਮਲੇ 'ਚ ਫੌਜ ਦੇ ਪੰਜ ਜਵਾਨ ਸ਼ਹੀਦ ਹੋਏ ਕਿ ਆਕਾਸ਼ਵਾਣੀ ਦੇ ਜੰਮੂ ਸੰਵਾਦ ਦਾ ਤਾ ਮੁਜਬ ਡੀਜੀਪੀ ਉਹ ਰੰਦਸਿਆ ਜੇ ਆਤੰਕਵਾਦੀਆਂ ਪਾਸੇ ਇਸਤੇਮਾਲ ਕੀਤੇ ਗਏ ਠਿਕਾਣੇ ਦਾ ਪਤਾ ਲਾਣ ਲਈ ਵੱਡੇ ਸਤਰਿਆ ਪਰ ਅਭਿਆਨ ਚਲਾਇਆ ਗਿਦਾ ਹੈ ਉਹਨਿਆ ਕਿਹਾ ਜੇ ਸ਼ੁਰੂਆਤੀ ਜਾਂਚ ਥਮੈ ਇਸ ਗੱਲ ਦਾ ਪਤਾ ਲੱਗਾ ਹੈ ਜੇ ਰਜੋਰੀ ਪੁਂਚ ਇਲਾਕੇ ਚ 9 ਤੋਂ 12 ਵਿਦੇਸ਼ੀ ਆਤੰਕਵਾਦੀ ਸਰਗਰਮ ਹੋਈ ਸਕਦੇ ਨੇ ਡੀਜੀਪੀ ਰੰਦਸਿਆ ਜੇ ਇਸਮ ਲੱਗੀ ਮੁਕਾਮੀ ਸਤ੍ਹਾ ਪਰ ਥੋਈ ਦਿਸਜੋ ਕੰਨਿਆਨ ਜਾਨ ਦਿੱਤਾ ਗਿਆ ਹੈ ਤੇ ਆਤੰਕਵਾਦੀਆਂ ਕੀ ਆਸ਼ਰਮਾਂ ਦੇ ਨੇ ਦੇ aarop ਚ 6 ਜਨੇ ਕੇ ਇਰਾਦਾ ਚਲਾਤਾ ਗਿਦਾ ਹੈ ਉਨੇ ਇਹ ਬਿਗਲਾ ਜੀ ਅਤੰਕਵਾਦੀਏ ਡਰੋਨ ਦੇ ਰਾਹੀਂ ਪਾਕਿਸਤਾਨ ਥਮਾ ਇਸ ਬੱਖੀ ਪੁਚਾਏ ਕੇ ਦੇ ਥਿਆਰ ਅਸਲੇ ਤੇ ਗੋਲੇ ਬਰੂਦ ਕਰਨ ਫੌਜ ਦੇ ਟਰੱਕਾਂ ਕੀ ਨਿਸ਼ਾਨਾ ਬਣਾਇਆ ਖਾ ਲੈਫਟਨੈਂਟ ਗਵਰਨਰ ਮਨੋਜ ਸਿਨੌਰੇ ਕਲਮਾਤ ਮਾ ਗਾਂਧੀ ਕਾਸ਼ੀ ਵਿਦਿਆਪੀਠ ਵਾਰਾਨਸੀ ਚ ਰਾਸ਼ਟਰੀ ਸਿੱਖਿਆ ਨੀਤੀ 2020 ਬਾਰੇ ਰਾਸ਼ਟਰੀ ਸਤਾਦੀਕ ਸੈਮੀਨਾਰ ਕੀ ਸੰਬੋਧਿਤ ਕੀਤਾ ਇਸ ਮੌਕੇ ਸਿਨੌਰੇ ਰਾਸ਼ਟਰੀ ਸਿੱਖਿਆ ਨੀਤੀ ਦੇ ਬਖ ਬਖ ਪਹਿਲੂਆਂ ਪਰ ਲੋਪਾਈ ਤੇ ਪਵਿੱਖ ਦੀਆਂ ਚੁਣੌਤੀਆਂ ਕੰਨ ਨਿਭੜਨੇ ਸਰਬੰਦੀ ਨਜ਼ਰੀਆ ਵੀ ਸਾਂਝਾ ਕੀਤਾ ਦਿਆਨਯੋਗ ਹੈ ਜੇ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਦੇ ਪੂਰੇ ਪ੍ਰਾਪਤ ਵਿਕਾਸ ਲਈ ਗਿਆਨ ਨਮੀਏ ਕਾਢੇ ਤੇ ਸੁਤੰਤਰ ਵਿਚਾਰਾਂ ਦੀ ਮਤਾ ਬੜਾਵਾ ਦਿੱਤਾ ਗਿਆ ਹੈ ਲੈਫਟ ਨੈਂਡ ਗਵਰਨਰ ਰਿੰਗ ਯੂਨੀਵਰਸਿਟੀ ਅਤੇ ਹੋਰ ਨਿਸ਼ਕਸ਼ਾ ਇਦਾਰਿਆਂ ਕੀ ਆਖਿਆ ਹੈ ਜਿਓ ਯੁਵਾਇਨ ਦੇ ਸਸ਼ਕਤੀਕਰਨ ਲਈ ਜਿਗਿਆਸਾ ਪਸੰਦ ਸਾਥ ਸਹਿਯੋਗ ਰਚਨਾਤਮਕਤਾ ਸੰਚਾਰ ਤੇ ਗੰਭੀਰ ਸੋਚ ਬਖੀ ਮਤਾ ਤਿਆਨ ਕੇਂਦ੍ਰਿਤ ਕਰਨ लेफ्टिनेंट गवर्नर ਹੁੰਦੇ ਸਲਾਹਕਾਰ राजीव رائے ਭਟਨਾਗਰੋਂ ਨੇ ਕੱਲ ਲੌਰੈਂਸ ਰੋਡ ਦਿੱਲੀ ਸਥਿਤ ਜਮੂ ਕਸ਼ਮੀਰ ਖੇਤੀ ਉਦਯੋਗ ਵਿਕਾਸ ਨਿਗਮ ਲਿਮਟਿਡ ਦੇ ਸਰਦਖਾਨੇ ਸਰਬੰਦੀ ਪ੍ਰੋਜੈਕਟ ਦਾ ਦੌਰਾ ਲਾਈ ਹੈ ਉੱਥੇ ਚੱਲ ਰਹੇ ਵਿਕਾਸ ਕੰਮੇ ਦਾ ਜਾਇਜ਼ਾ ਲੈਂਤਾ ਇਸ ਦੌਰਾਨ ਭਟਨਾਗਰੋਂ ਰਿੰਗੇ ਦੱਸਿਆ ਗਿਆ ਜੇ ਨਵੀਨੀਕਰਨ ਤੇ ਵਿਕਾਸ ਦੇ ਕੰਮੇ ਤੇ ਚੱਲਦੇ 4400 ਮੈਟ੍ਰਿਕ ਟਨ ਦੀ ਸਮਰਥਾ ਵਾਲਾ ਇਹ ਸਰਦਖਾਨੇ ਸਰਬੰਦੀ ਪ੍ਰੋਜੈਕਟ ਸਥਾਪਿਤ ਕੀਤਾ ਜਾ ਰਿਹਾ ਹੈ ਜਦੀ ਲਾਗਤ 10 ਕਰੋੜ 24 ਲੱਖ ਰੁਪਏ ਸ਼ਾਮਤੀ ਹੈ ਬਟ ਨਗਰੂ ਨੇ ਆਖਿਆ ਜੇ ਇਸ ਨਵੇਂ ਬਨਾਰਤੇ ਪ੍ਰੋਜੈਕਟ ਦਾ ਮਕਸਦ ਫਲ ਅਤੇ ਸਬਜ਼ੀਆਂ ਦੀ ਨਮੀ ਤੇ ਕਾਰਗਰ ਤਕਨੀਕ ਕਰਨਾ ਹੈ ਲੰਮੇ ਸਮੇਂ ਤੱਕ ਰਸਤਮਾਲ ਲਾਇਕ ਬਣਾਈ ਰੱਖਣਾ ਹੈ ਉਹਨਾਂ ਆਖਿਆ ਜੇ ਇਸ ਪ੍ਰੋਜੈਕਟ ਦਾ ਲਾਜ ਜੰਮੂ ਕਸ਼ਮੀਰ ਦੇ ਲੋਕਾਂ ਕੇ ਕਰਸਾਨ ਨੇ ਤੇ ਖਾਣੇ ਪੀਣੇ ਵਾਲੀਆਂ ਚੀਜ਼ਾਂ ਕੀ ਡੱਬਾ ਬੰਦ ਕਰਨੇ ਸਰਬੰਦੇ ਉਦਯੋਗ ਕਰਨੇ ਜੁੜੇ ਦੇ ਲੋਕਾਂ ਕੀ ਮਤਾ ਆਸ ਲੋਗ ਡੋਡਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ਪਾਲ ਮਾ ਜਨੋਰੇ ਜ਼ਿਲ੍ਹੇ ਦੇ ਸਿੱਖਿਆ ਇਡਾਰਿਆਂ ਦੇ ਕੰਮਕਾਜ ਦਾ ਜਾਇਜ਼ਾ ਲੈਣੇ ਵਾਸਤੇ ਕੱਲ ਵਰਚੁਅਲ ਤਰੀਕੇ ਕੰਨੇ ਪ੍ਰਿੰਸੀਪਲਾਂ ਐਡਮਾਸਟਰਾਂ ਅਧਿਆਪਕਾਂ ਤੇ ਵਿਦਿਆਰਥੀਆਂ ਕੰਨੇ ਗੱਲਬਾਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਹੋਣੇ ਅਧਿਆਪਕਾਂ ਤੇ ਔਰਨੇ ਅਮਲੇ ਸਨ ਇਡਾਰਿਆਂ ਦੇ ਪ੍ਰਮੁੱਖਾਂ ਕੀ ਆਖਿਆ ਜਿਓ ਸਮੇਂ ਦੀ ਪਾਬੰਦੀ ਯਕੀਨੀ ਬਣਾਣ ਤੇ ਪੂਰੀ ਤਨਦਾਈ ਕੰਨੇ ਆਪਣੀ ਜ਼ਿੰਮੇਵਾਰੀਆਂ ਕੀ ਅੰਜਾਮ ਦੇਣ। ਉਨ੍ਹਾਂ ਆਖਿਆ ਜੇ ਦੇਸ਼ਾ ਦੀ ਮਨੁੱਖੀ ਸੰਸਾਦ ਨੇ ਦੇ ਵਿਕਾਸ ਸਰਬੰਦੀ ਖੇਤਰ ਦੀ ਬੁਨਿਆਦੋ ਨੇ ਦੇ ਨੱਤ ਸਿੱਖਿਆ ਦਾ ਖੇਤਰ ਸਰਕਾਰ ਦੀ ਸਭਨੇ ਸ਼ ਡਿਪਟੀ ਕਮਿਸ਼ਨਰ ਹੋ ਰਹੇ ਮੁੱਖ ਸਿੱਖਿਆ ਅਧਿਕਾਰੀਆਂ ਰੇ ਗੇ ਨਿਰਦੇਸ਼ ਦਿੱਤਾ ਜਿਉ ਸੈਕੰਡਰੀ ਸਤਤਮਾ ਅੱਗੇ ਦੀ ਪੜਾਈ ਲਈ ਸਭ ਨੇ ਸਕੂਲਾਂ ਚ ਟੈਕਨੋਲੋਜੀ ਅਧਾਰਿਤ ਤਰੀਕਿਆਂ ਕੀ ਲਾਗੂ ਕਰਵਾਨ ਅਖੀਰ ਚ ਖਾਸ ਖਾਸ ਖਬਰਾਂ ਇੱਕ ਬਾਰੀ ਪਰਤੀਏ ਰੱਖਿਆ ਮੰਤਰੀ ਰਾਜਨਾਥ ਸਿੰਘ ਹੋ ਰਹੇ ਸ਼ੰਘਾਈ ਸਹਿਯੋਗ ਸੰਗਠਨ ਦੇ ਸਦੱਸੇ ਮੁਲਕਾਂ ਕੀ ਆਖਿਆ ਹੈ ਜਿਉ ਆਤੰਕਵਾਦ ਦੇ ਖਾਤਮੇ ਲਈ ਇਕੱਠੇ ਰਲ ਕੇ ਕੰਮ ਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਮਨ ਕੀ ਬਾਤ ਕਾਰਜਕ੍ਰਮ ਦੇ ਸੋਮੀ ਕੜੀ ਦਾ ਪ੍ਰਸਾਰਣ ਕੱਲ੍ਹ ਦਿਨੇ 11 ਵਜੇ ਕੀਤਾ ਜਾਗ ਸੈਲਸੋਵਰ ਮਕਮਿਆਸਿਆ ਮਸ਼ਹੂਰ ਸੈਲਾਨੀ ਥਾਰ ਸਰਨਾ ਸਰਚ ਇੱਕ ਧਿਆੜੇ ਦੇ ਸਾਂਸਕ੍ਰਿਤਿਕ ਕਾਰਜਕ੍ਰਮ ਸਨਸਰ ਟਿਉਲੀ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਡੀਜੀਪੀ ਦਿਲਬਖ ਸਿੰਘ ਨੇ ਅਨਖਿਆ ਹੈ ਜੇ ਪੁੰਛ ਚ ਉਹ ਦੇ ਅਮਲੇ ਕੀ ਆਤੰਕਵਾਦੀਏ ਮੁਕਾਮੀ ਸਥੈ ਪਰ ਥੋਏ ਦੇ ਸਹਿਯੋਗ ਕਰਨੇ ਅੰਜਾਮ ਦਿੱਤਾ ਹ ਪੁਲਸੇ ਤਿੰਨ ওভারਗਰਾਉਂਡ ਵਰਕਰਸ ਅਨੇ 6 6 ਜਨਾਂ ਦੀ ਇਰਾਸਤ ਚਲ ਲਈ ਲੇਤਾ ਹੈ ਇਹ ਕਰਨੇ ਕੀ ਖਬਰੇਦਾ ਇਹ ਬੁਲੇਟਿਨ ਸਮਾਪਤ ਹੋਆ